ढोल वर्गी किते सत श्री अकाल दोस्तों, मैं हाँ जयदीप मित्रा ते आज तुहानू लैके आया एक इहो जिहे पिंड विच जिथे चल रही है गाणे दी शूटिंग। जी हाँ, असी अपने PTC एंटरटेनमेंट शो दे विच तुहानू इंटरव्यूज दे नाल नाल ऑन लोकेशन शूट्स ते भी लैके जांदे हां, जिथों तुहानू पता चले कि ऑन लोकेशन शूट्स ते गाना किस तरह शूट हुंदा है या फिल्मां किस तरह शूट हुंदियां ने। क्योंकि ऑन लोकेशन शूट की गल करिए, इहदा एंटरटेनमेंट का मज़ा ही अलग है। तो दोस्तों, अज असी आए हैं पंजाबी सिंगर निर्मल सिद्धू दे ऑन लोकेशन शूट ते, जो कि शूट कर रहे ने अपना नवा गाना। हाँ जी भाजी, की हाल चाल ने? हाँ जी, बहुत वधिया भाजी। किदां? बहुत वधिया भाजी, सुनाओ। और सुनाओ की हाल चाल? बहुत वधिया भाजी। ते की चल रहा सवेर तो? ये भाजी अपने निर्मल सिद्धू भाई दा सॉन्ग आ, उहदा शूट चल रहा है जी सवेर तो। पहला ਆਪਾਂ ਸਿੰਕ ਪੋਸਟ ਕੀਤਾ ਭਾਈ ਦੇ, ਅਤੇ ਹੁਣ ਸਟੋਰੀ ਪੋਸਟ ਚੱਲ ਰਿਹਾ ਭਾਅ ਜੀ। ਅਤੇ ਆਪਣੇ ਨਿਰਮਲ ਭਾਅ ਜੀ, ਹੋਰ ਭਾਅ ਜੀ ਕੀ ਹਾਲ ਚਾਲ? ਬੜੇ ਡਾਇਰੈਕਟਰ ਜੈਕ ਸਰਵਣ ਜੀ। ਅੱਛਾ, ਆਪਣੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਭਾਅ ਜੀ ਇਹ। ਅੱਛਾ, ਅਤੇ ਬਹੁਤ ਕ੍ਰੀਏਟਿਵ ਡਾਇਰੈਕਟਰ ਹੈਗੇ ਜੀ। ਅੱਛਾ, ਅਤੇ ਬੜੇ ਗਰਮੀ 'ਚ ਲੱਗੇ ਹੋਏ ਹੋ, ਅਤੇ ਕ੍ਰੀਏਟੀਵਿਟੀ ਇੰਨੀ ਗਰਮੀ 'ਚ ਕਿੱਥੋਂ ਹੁੰਦੀ ਹੈ? ਕ੍ਰੀਏਟੀਵਿਟੀ ਥੋੜ੍ਹਾ ਠੰਡਾ ਵੰਡਾ ਪਾਣੀ ਪੀ ਲਈਦਾ, ਹੋਰ ਕੀ ਹੁੰਦਾ ਹੈ। ਹੋਰ ਬਾਕੀ ਰੱਬ ਰਾਖਾ, ਅਤੇ ਸੂਰਜ ਤੁਸੀਂ ਦੇਖ ਰਹੇ ਹੋ ਬਹੁਤ ਤਪ ਰਿਹਾ ਹੈ। ਅਤੇ ਆਪਣੇ ਨਿਰਮਲ ਭਾਅ ਜੀ ਦੀ ਨਜ਼ਰਾਂ ਨੇ ਕਿੱਥੇ ਨੇ ਭਾਅ ਜੀ? ਐਕਚੁਅਲ 'ਚ ਭਾਅ ਜੀ ਇਹ ਸਟੋਰੀ ਪੋਸਟ ਚੱਲ ਰਿਹਾ, ਅਤੇ ਨਿਰਮਲ ਭਾਅ ਜੀ ਰੈਸਟ ਕਰ ਰਹੇ ਆਪਣੇ ਕੋਠੀ 'ਚ, ਉਹਨਾਂ ਨੂੰ ਆਪਾਂ ਸ਼ਾਮ ਨੂੰ ਸਿੰਕ ਕਰਨੇ ਉਹਨਾਂ ਦੇ। ਚਲੋ ਠੀਕ, ਸੋ ਰੈਸਟ ਕਰ ਰਹੇ ਉਸ ਵਾਸਤੇ। ਚਲੋ ਫਿਰ ਉਹਨਾਂ ਨਾਲ ਹੀ ਮੈਂ ਤੁਹਾਨੂੰ ਮਿਲਦਾ, ਲੱਗੇ ਰਹੋ ਫਿਰ। ਓਕੇ ਜੀ, ਥੈਂਕ ਯੂ। थोड़ी देर रेस्ट कर लिए, इन्नी ज्यादा गर्मी है, इन्नी ज्यादा गर्मी है, बेहोश होने वाली गल हो गई सी, बस रेस्ट किया। देखो जी, फिर कितने रेस्ट कर देंगे। ਉਹੀ ਮੈਂ ਕਹਿ ਰਿਹਾ ਕਿ ਬਾਹਲੀ ਗਰਮੀ ਹੈ ਪਿੰਡਾਂ 'ਚ, ਤਾਂ ਹੋਰ ਗਰਮੀ ਮਹਿਸੂਸ ਹੁੰਦੀ ਹੈ, ਅਤੇ ਇੰਨੀ ਗਰਮੀ 'ਚ ਤੁਸੀਂ ਨਿਰੰਤਰ ਲੱਗੇ ਹੋਏ ਹੋ, ਕਿਆ ਬਾਤ ਹੈ, ਕਿਆ ਐਨਰਜੀ ਹੈ? ਦੇਖੋ ਜੈਦੀਪ ਜੀ, ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ PTC ਹੈ ਨਾ ਜਿਹੜੀ ਸਾਡੀ, PTC ਸਾਨੂੰ ਇੰਨੀ ਜ਼ਿਆਦਾ ਪਾਵਰ ਦਿੰਦੀ ਹੈ, ਇੰਨੀ ਜ਼ਿਆਦਾ ਐਨਰਜੀ ਦਿੰਦੀ ਹੈ, ਸਾਡੇ ਇੰਨੇ ਗੀਤਾਂ ਨੂੰ ਪ੍ਰਮੋਟ ਕਰਦੇ ਹੈ, ਫਿਰ ਦੁਨੀਆ ਸਾਨੂੰ ਕਮੈਂਟ ਕਰਦੀ ਹੈ, ਲਾਈਕ ਕਰਦੀ ਹੈ, ਅਤੇ ਫਿਰ ਉਹਨਾਂ ਵਾਸਤੇ ਕੀ ਨਹੀਂ ਕਰਨਾ ਪੈਂਦਾ ਸਰੋਤਿਆਂ ਵਾਸਤੇ। ਸੋ ਸਾਰਾ ਕੁਝ ਸਰੋਤਿਆਂ ਵਾਸਤੇ ਕਰਨਾ ਪੈਂਦਾ, ਅਤੇ ਵੈਸੇ ਵੀ ਗੱਲ ਹੈ ਜੀ, ਜਦੋਂ ਪਿਆਰ ਦੇ ਨਾਲ ਆਪਾਂ ਗਾਉਂਦੇ ਹਾਂ ਤਾਂ ਫਿਰ ਹਾਂਜੀ ਲਓ ਜੀ, ਸ਼ਾਰਟ ਰੈਡੀ ਹੋ ਗਿਆ ਜੀ। ਫਿਰ ਆਪਾਂ ਹੁਣ ਸੈੱਟ ਤੇ ਜਾ ਕੇ ਗੱਲ ਕਰੀਏ। ਬਿਲਕੁਲ, ਉੱਥੇ ਕਰਨੀ ਪੈਗੀ ਜੀ, ਡਾਇਰੈਕਟਰ ਸਾਹਿਬ ਦਾ ਹੁਕਮ ਆ ਗਿਆ, ਜਾਣਾ ਪਏਗਾ। ਬਿਲਕੁਲ, ਆ ਜਾਓ ਮੁੰਡਿਓ। ਚਲੋ ਓ ਬੱਲੇ ਬੱਲੇ ਬੱਲੇ। ਜੋਰ ਕਰਦਾ ਐਕਸ਼ਨ। ਸ਼ਾਮ ਹੋ ਗਈ, ਹੁਣ ਮੌਸਮ 'ਚ ਥੋੜਾ ਪ੍ਰਭਾਵ ਵੀ ਪੈ ਗਿਆ। ਮੈਂ ਕਿਹਾ ਜੀ, ਮੌਸਮ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਅੱਛਾ ਨਿਰਮਲ ਜੀ, ਪੰਜਾਬ ਦੇ ਲੋਕ ਤੁਹਾਨੂੰ ਬਹੁਤ ਚਾਹੁੰਦੇ ਆ, ਤੁਹਾਡੇ ਬਹੁਤ ਫੈਨਸ ਹੈ, ਤੁਸੀਂ ਹਮੇਸ਼ਾ ਉਹਨਾਂ ਦੇ ਉਮੀਦਾਂ 'ਤੇ ਵੀ ਖਰੇ ਉਤਰਦੇ ਹੋ, ਅਤੇ ਇਸ ਵਾਰੀ ਕਿਸ ਤਰ੍ਹਾਂ ਦਾ ਗਾਣਾ ਲੈ ਕੇ ਆ ਰਹੇ ਹੋ? ਦੇਖੋ ਜੀ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਵਾਰੀ ਕੁਛ ਨਾ ਕੁਛ ਨਵਾਂ ਲਾਜ਼ਮੀ ਸਰੋਤਿਆਂ ਨੂੰ ਦਿੱਤਾ ਜਾਵੇ, ਕਿਉਂਕਿ ਮਾਰਕੀਟ ਦੇ ਵਿੱਚ ਤੁਸੀਂ ਤਾਂ ਹੀ ਟਿਕ ਸਕਦੇ ਹੋ, ਔਰ ਸਰੋਤੇ ਤੁਹਾਡੇ ਤਾਂ ਹੀ ਪਿਆਰ ਤੁਹਾਨੂੰ ਕਰਦੇ ਰਹਿਣਗੇ ਜੇ ਤੁਸੀਂ ਚੇਂਜਸ ਲੈ ਕੇ ਆਓਗੇ ਆਪਣੇ ਮਿਊਜ਼ਿਕ ਦੇ ਵਿੱਚ, ਉਹਨੂੰ ਨਿਖਾਰ ਕੇ ਲੈ ਕੇ ਆਓਗੇ। ਸੋ ਇਸ ਵਾਰ ਗਾਣਾ ਜਿਹੜਾ ਹੈਗਾ ਉਹ ਰੋਮਾਂਟਿਕ ਹੈ, ਗੱਲ ਰੋਮਾਂਟਿਕ ਹੈ, ਲੇਕਿਨ ਥੋੜ੍ਹੀ ਜਿਹੀ ਐਗਰੈਸਿਵ ਤਰੀਕੇ ਨਾਲ ਗੱਲ ਕੀਤੀ ਗਈ ਹੈ, ਔਰ ਬਹੁਤ ਹੀ ਵਧੀਆ ਸਟੋਰੀ ਬਣਾਈ ਗਈ ਹੈ, ਔਰ ਸਟੋਰੀ ਮੈਂ ਤੁਹਾਨੂੰ ਜੇ ਸਾਰੀ ਦੱਸੂੰਗਾ ਤਾਂ ਫਿਰ ਗਾਣੇ ਦਾ ਜਿਹੜਾ ਆਚਾਰ ਮੋ ਖਤਮ ਹੋ ਜਾਂਦਾ। ਸੋ ਉਹਨੂੰ ਆਪਾਂ ਜਿਹੜਾ ਉਹ ਗੋਲ ਮੋਲ ਜੀ ਗੱਲ ਇਹ ਕਰਦੇ ਹਾਂ ਕਿ ਇੱਕ ਲੜਕੀ ਹੁੰਦੀ ਹੈ, ਬਚਪਨ ਦੇ 'ਚ ਦੋਸਤ ਹੁੰਦੇ ਹੈ, ਬਟ ਉਹਨਾਂ ਦੀ ਆਪਸ ਮੇਂ ਸ਼ੱਕ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਹੋ ਜਾਂਦਾ, ਲੇਕਿਨ ਉਹ ਸ਼ੱਕ ਸਾਰੀ ਉਮਰ ਨਾਲ ਚੱਲਦਾ ਰਹਿੰਦਾ, ਐਂਡ 'ਤੇ ਆ ਕੇ ਉਹ ਜਿਹੜੀ ਉਹ ਸ਼ੱਕ ਹੈ ਉਹਦਾ ਨਿਵਰਤ ਕੀਤਾ ਜਾਂਦਾ, ਉਹਦਾ ਸ਼ੰਕੇ ਦੂਰ ਕੀਤੇ ਜਾਂਦੇ ਹੈ। ਸੋ ਮੁੰਡੇ ਕੁੜੀ ਦੀ ਆਪਸ ਮੇਂ ਗੱਲਬਾਤ ਵੀ ਹੈ, ਔਰ ਉਹਨਾਂ ਦਾ ਰੋਮਾਂਸ ਵੀ ਦਿਖਾਇਆ ਗਿਆ, ਦੁਸ਼ਮਣੀ ਵੀ ਦਿਖਾਈ ਗਈ ਹੈ, ਔਰ ਕਾਫੀ ਵਧੀਆ ਮੈਨੂੰ ਉਹਦੀ ਸਟੋਰੀ ਲੱਗੀ ਹੈ। ਅੱਛਾ ਭਾਜੀ, ਜਿਸ ਤਰ੍ਹਾਂ ਦੇ ਗਾਣੇ ਅੱਜ ਕੱਲ੍ਹ ਪੰਜਾਬ 'ਚ ਬਣ ਰਹੇ ਨੇ, ਇੱਕ ਮਤਲਬ ਕਿ ਜਿਹੜੀ ਆਡੀਅੰਸ ਹੈ ਉਹਨਾਂ ਦੀ ਇੱਕ ਤਰ੍ਹਾਂ ਦੀ ਡਿਮਾਂਡ ਹੋ ਗਈ ਹੈ,
तो तुहानू की लगता जिहड़ी ऑडियंस दी डिमांड है उस करके जिहड़े गाने ने वो इक्को तरह के आने लगे या जिहड़े सिंगरस ने वो चाहते हैं कि असीं इक्को तरह के गाने बना के इक्को तरह के गाने ही बेचिए। देखो जी मैं ये बारे मैं बिल्कुल क्लीयरली गल करूँगा कि गुरबाणी दे विच एक शब्द है जी आप अपनी बुद्ध है जीती बरनत भिन्न भिन्न तोय तोती कहिंदे जिन्ना कि तुहानू परमात्मा ने दिता है तुसी उस तो बाद गल नहीं कर सकते हर बंदे नू सोच दे के परमात्मा ने भेजा है। सो अज की जिहड़ी म्यूजिक इंडस्ट्री है उहदे विच बहुत ज़्यादा सिखे हुए लोग बहुत घट ने सो जो उन्हां नू कोई दस दिंदा है तीजा बंदा जद दस दिंदा है उस चीज़ के उत्ते ही वो जिहड़ा कई वारी खेल जांदे ने ज़्यादा नॉलेज ज़्यादा लोगों को नहीं होंगी लेकिन कुछ लोग जिहड़े है वो लोग सिर्फ और सिर्फ बिजनेस उन्हां दा दिमाग दे विच हुंदा कि कल्ला बिजनेस करना दो तीन प्रकार के लोग इस मार्केट काम करते हैं उन्हां लोगों ने अपना बिजनेस ग्रो करना हुंदा है उन्होंने ये देखना होंगे कि वो तो वो सूँ व्यू कितों आन वो पैसा कितों आवे और बच्चों असी किस तरीके जोड़ा अपने मगर लाइए पर कुछ लोग जोड़े होंगे वो कहें कि गल तो असी करनी है गाँव भी गाँव है मेरे वर्गे लोग होंगे है लेकिन उन्होंने कोई मैसेज भी होना चाहिए सुर भी होना चाहिए ताल भी होना चाहिए नवीनता भी उस गाने आनी चाहिए है। सो दो तीन प्रकार के लोग है लेकिन हर बंदा अपने अपने तरीके काम कर रहा है तो यह तो कहें होंगे भी नवा नौ दिन तो पुराना सौ दिन बिल्कुल सही गल है जी। तो अज आप ऑन लोकेशन पर आए थोड़े गाने के की चल रहा सवेर तो स्पेसीफिकली की शूट हो रहा काफ़ी गुंझलदार स्टोरी है जो सही पूछो तो मैनू भी हाल तक समझ नहीं लग सकी डायरैक्टर ने दो तीन बार मैंने समझाने की कोशिश की है लेकिन यह लाजमी गल कहे कि बड़ी अच्छी गल है और नवी जी गल लगती है कि मुंडे तो कुड़ी की आपस में प्रेम भी हों लेकिन उन्होंने एक कुछ थोड़ी जी जिदा प्रॉब्लम चल रही है दुश्मनी चल रही है अंदर खाते कुड़ी तो बदला भी लेना चाहती है एंड ते जाके वह फिर गल जी क्लीयर होंगी है कि जोड़ा शक सगा वह झूठा सगा और फिर वो एक दूजे के नाल जे है प्यार करते मुहब्बत करते तो ऑन लोकेशन शूट तो आए हैं गाने से आप गल भी कर रहे हैं तो गाने की दो लाइन सुने बिना तो जावे नहीं तो दो को लाइन हो जाए जरूर जी पांच पांच उंगलों च पांच पांच मुंदियाँ चर्चे ने तेरे ते सलामा तैनू हुंदियाँ जदों किधरे भी तेरी ना पछाण सी उदों भी जट मौजा माणदा सी ओ मित्रां दे करके चढ़ाई हो गई तेरी तैनू कौन जानदा सी ओ मित्रां दे करके चढ़ाई हो गई तेरी तैनू कौन जानदा सी। और मैं बहुत थैंक यू करना चाहूँगा अपने म्यूजिक डायरेक्टर जी गुरु जी जिन्होंने इस गाने का बहुत ही धमाकेदार बहुत ही जबरदस्त बहुत ही डिफरेंट तरह का जिहड़ा वो म्यूजिक दिता है और साडे राइटर बब्बू कढ़ियाणा जिन्होंने बहुत ही वधिया एक गीत लिखिया और इस तो अलावा असी होर भी काफ़ी सारे गाने रखी कर रहे हैं।